ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਗੁੱਡ ਮੋਰਨਿੰਗ। ਸਵੇਰ ਦੇ ਹੋਏ ਨੇ 5:30 ਅਤੇ ਅੱਜ ਤੁਸੀਂ ਸੋਚ ਰਹੇ ਹੋਵੋਗੇ ਵੀ ਅੱਜ ਸਵੇਰੇ ਸਵੇਰੇ ਕਾਲੀ ਪੱਗ ਕਾਲੀ ਟੀ ਸ਼ਰਟ ਕਿੱਧਰ ਨੂੰ ਤਿਆਰੀਆਂ ਖਿੱਚੀਆਂ। ਅਤੇ ਤਿਆਰੀਆਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਬਾਪੂ ਹੋਣੀ ਦਾ ਚੱਲੇ ਅੰਮ੍ਰਿਤਸਰ, ਅਤੇ ਆਪਾਂ ਚੱਲੇ ਹਾਂ ਜਿਹੜਾ ਬਾਈ ਆਪਾਂ ਮਤਲਬ ਆਪਣੇ ਕੋਠਿਆਂ 'ਚ ਉੱਠਿਆ ਸਰਪੰਚ, ਉਹਦੇ ਨਾਲ ਕਾਗਜ਼ ਭਰਨ। ਅਤੇ ਕਿਉਂਕਿ ਅੱਜ ਲਾਸਟ ਤਰੀਕ ਹੈ ਅਤੇ ਅੱਜ ਤੱਕ ਫਾਈਲਾਂ ਰੈਡੀ ਹੋਈਆਂ ਅਤੇ ਹੁਣ ਫਾਈਲ ਫੂਲ ਜਮ੍ਹਾਂ ਕਰਾ ਕੇ ਆਉਣੀ ਆ, ਉੱਧਰ ਚੱਲੇ ਹਾਂ। ਅਤੇ ਕਰਦੇ ਹਾਂ ਸ਼ੁਰੂ ਅੱਜ ਦਾ ਵਲੋਗ। ਅੱਜ ਦੀ ਸੈਰ ਹੋ ਗਈ ਕੈਂਸਲ ਕਿਉਂਕਿ ਫਿਰ ਅੱਜ ਉੱਧਰ ਜਾਣਾ ਪੈਣਾ, ਅਤੇ ਚਲੋ ਕੋਈ ਗੱਲ ਨਹੀਂ, ਕਦੇ ਕਦੇ ਫਿਰ ਕਰਨਾ ਵੀ ਪੈਂਦਾ। ਅਤੇ ਬਾਕੀ ਅੱਜ ਆ ਕੇ ਫਿਰ ਬਠਿੰਡੇ ਵੀ ਜਾਣਾ ਆ, ਇੱਕ ਦੋ ਕੰਮ ਆਗੇ ਉਹ ਕਰਨੇ ਆ, ਅਤੇ ਜੋਤ ਨੇ ਵੀ ਆਪਣੇ ਕੰਮ ਕਰਕੇ ਆਉਣੇ ਆ। ਸੋ ਇਸ ਕਰਕੇ ਫਿਰ ਮੈਨੂੰ ਵੀ ਐਂ ਵੀ ਚੱਲ ਟਾਈਮ ਨਾਲ ਕੰਮ ਇੱਧਰ ਵੀ ਜਾ ਹੋ ਜੇ ਅਤੇ ਉੱਧਰ ਵੀ ਜਾ ਵੜਾਂਗੇ ਆਪਾਂ, ਹੈ ਨਾ। ਅਤੇ ਚਲੋ ਜੀ, ਕਰਦੇ ਸ਼ੁਰੂ ਅੱਜ ਦਾ ਵਲੋਗ। ਅਤੇ ਬੜੀ ਹੁਣੀ ਲੈ ਰਹੇ ਨੇ ਨਜ਼ਾਰੇ ਕਿਉਂਕਿ ਉਹਨੂੰ ਆਏ ਆ ਵੀ ਮੈਨੂੰ ਬਾਹਰ ਕੱਢਤਾ, ਚੱਲ ਵਧੀਆ ਗੱਲ ਹੈ। ਇੱਧਰ ਆ ਜਾ, ਇੱਧਰ ਇੱਧਰ ਭੁੱਲ ਕੇ ਵੀ ਨਾ ਜਾਈ ਉੱਧਰ ਨੂੰ, ਚੱਲ ਘਰ ਨੂੰ, ਚੱਲ 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 ਚੱਲ। ਵਾਹ ਹੁਣ ਜਾਵੜੇ ਜੰਗਲ ਪਾਣੀ ਹੁਣ ਬਹੁਤ ਆ, ਚੱਲ 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 ਅੰਦਰ। ਅਤੇ ਗੱਡੀਆਂ ਆਪਣੀਆਂ ਦੋਨੇ ਸਟਾਰਟ ਖੜੀਆਂ ਕਿਉਂਕਿ ਇੱਕ ਛੋਟੀ ਦਾ ਕਾਰ ਤਾਂ ਬਾਪੂ ਹੋਰਾਂ ਲੈ ਕੇ ਆਉਣੀ ਆ, ਆਪਾਂ ਫਿਰ ਸਕੋਰਪੀਓ ਲੈ ਕੇ ਜਾਵਾਂਗੇ। ਅਤੇ ਕਰਦੇ ਸ਼ੁਰੂ ਜੀ ਅੱਜ ਦਾ ਵਲੋਗ, ਮਿਹਣੇ ਫਿਰ ਕੀ ਬਣਦਾ ਜੁੜਦਾ ਅੱਜ। ਲਓ ਜੀ, ਕਾਗਜ਼ ਤਾਂ ਭਰਤੇ ਅਤੇ ਪਰ ਇੰਨਾ ਰਸ਼, ਤੁਸੀਂ ਵੀਡੀਓ 'ਚ ਦੇਖਿਆ ਤੂੰ ਪਹਿਲਾਂ, ਕਚਹਿਰੀ 'ਚ ਹਜੇ ਵੀ ਇੰਨਾ ਰਸ਼ ਹੈ ਅਤੇ ਅਸੀਂ ਕਈ ਬੰਦੇ ਤਾਂ 11 ਵਜੇ ਦੇ ਆਏ ਹੋਏ। ਖੇਦੜਵਾ ਕਚਹਿਰੀਆਂ ਦਾ ਹਾਲ, ਬਾਈ ਦੇਖਿਆ ਤੁਸੀਂ ਵੀਡੀਓ ਦੇ ਵਿੱਚ। ਹੁਣ ਅਸੀਂ ਰੋਟੀ ਖਾਧੀ ਆ, ਰੋਟੀ ਸਾਡੀ ਆਈ ਸੀ ਪਿੰਡੋਂ ਬਣ ਕੇ ਕਿਉਂਕਿ ਅਸੀਂ ਸਾਰੇ 5 ਜਣੇ ਪਹਿਲਾਂ ਦੇ ਆਏ ਸੀ, 5 ਜਣੇ ਬਾਅਦ 'ਚੋਂ ਆਏ। ਅਤੇ ਹੁਣ ਕਿਵੇਂ ਪੇਪਰ ਜਾ ਕੇ ਭਰੇ ਗਏ ਆ, ਇੰਨਾ ਰਸ਼, ਮੈਂ ਤਾਂ ਕਮਾਲ ਬਣ ਗਿਆ ਯਾਰ ਵੀ ਹੋਇਆ ਤਾਂ। ਕਹਿੰਦੇ ਐਤਕੀ ਪਹਿਲੀ ਵਾਰੀ ਹੈ ਵੀ ਪਹਿਲਾਂ ਇੰਨੀਆਂ ਫੋਰਮੈਲਿਟੀਜ਼ ਨਹੀਂ ਹੁੰਦੀਆਂ, ਐਤਕੀ ਫੋਰਮੈਲਿਟੀਜ਼ ਬਹੁਤ ਜ਼ਿਆਦਾ ਆ ਪੇਪਰ ਭਰਨ ਲਈ ਸਰਪੰਚੀ ਦੇ ਜਾਂ ਮੈਂਬਰੀ ਦੇ, ਹੈ ਨਾ, ਵੀ ਡਿਫਾਲਟਰ ਨਹੀਂ ਹੋਣਾ ਚਾਹੀਦਾ ਬੰਦਾ, ਬਹੁਤ ਕੁਛ ਆ। ਅਤੇ ਪਰ ਕਮਾਲ ਹੀ ਹੈ ਯਾਰ ਵੀ ਸਾਡੇ ਲੋਕ ਮੰਨ ਕੇ ਚੱਲੋ ਵੀ ਕਿੰਨਾ ਮਤਲਬ, ਹੈ ਨਾ, ਇਸ ਚੀਜ਼ ਦਾ ਉਹ ਹੈਗਾ ਸਰਪੰਚੀ ਦਾ ਕਿਵੇਂ ਪੇਪਰ ਭਰਨ 'ਤੇ ਹੋਏ, ਹੈ ਨਾ। ਬਹੁਤ ਬਹੁਤ ਬਈ ਔਖਾ, ਮੈਨੂੰ ਤਾਂ ਦੇਖ ਕੇ ਲੱਗਦਾ ਵੀ ਆਪਣੇ ਸ਼ਾਇਦ ਹੀ ਅਸੀਂ ਕਦੇ ਮੰਨ ਲਓ ਇੱਥੇ ਉਹ ਸਿਸਟਮ ਜਾਂ ਜਿਵੇਂ ਕਹਿ ਸਕਦੇ ਨਾ ਵੀ ਬਾਹਰਲੇ ਮੁਲਕਾਂ ਦੀ ਜਿਹੜੇ ਵੈਸਟ ਵਾਲੇ ਜਾਂ ਕੁਛ ਵੀ ਹੈ ਜਿੱਥੇ ਸਿਸਟਮ ਇੱਕ ਤਰੀਕੇਬੱਧ ਚੱਲਦਾ ਅਤੇ ਲੋਕ ਇਹਨਾਂ ਚੀਜ਼ਾਂ 'ਚ ਇੰਨਾ ਇੰਟਰਸਟ ਨਹੀਂ ਲੈਂਦੇ, ਸ਼ਾਇਦ ਹੀ ਕਦੇ ਮੰਨ ਲਓ ਵੀ ਇਹ ਚੀਜ਼ ਹੋਵੇ ਆਪਣੇ, ਵੀ ਲੋਕ ਆਪਣੇ ਕੰਮ ਨੂੰ ਪ੍ਰੈਫਰੈਂਸ ਦੇਣ, ਹੈ ਨਾ, ਵੀ ਚਲੋ ਇੱਕ ਬੰਦਾ ਚੁਣ ਲਿਆ ਠੀਕ ਆ, ਹਾਂ, ਪਰ ਮਤਲਬ ਇੱਥੇ 10-10, 20-20 ਬੰਦੇ ਕਾਗਜ਼ ਭਰੀ ਜਾਂਦੇ ਆ। ਸੋ ਚਲੋ ਮਰਜ਼ੀ ਹੈ ਸਭ ਦੀ ਆਪਣੀ, ਆਪਾਂ ਇਹ ਨਹੀਂ ਕਹਿੰਦੇ ਕਿ ਵੀ ਕਿਸੇ ਨੂੰ ਇੱਥੇ ਰੋਕ ਆ, ਸਭ ਨੂੰ ਖੁੱਲ ਆ, ਪਰ ਇੱਕ ਉਹ ਆ ਨਾ ਕਿ ਮਤਲਬ ਸਾਰੇ ਇਸ ਕੰਮ 'ਤੇ ਹੋ ਗਏ ਅਤੇ ਫਿਰ ਮਤਲਬ GDP ਜਾਂ ਮੰਨ ਲਓ ਕੰਮ ਕਿਹੜਾ ਕਰੂ, ਕੰਮ ਕਰਕੇ GDP ਵਧਣੀ ਆ, ਇਹ ਤਾਂ ਇੱਕ ਲੋਕਾਂ ਦਾ ਸੇਵਕ ਹੁੰਦਾ ਬੰਦਾ, ਹੈ ਨਾ। ਅਤੇ ਚਲੋ ਬਾਕੀ ਹੁਣ ਚੱਲਦੇ ਹਾਂ ਜੀ, ਰੋਟੀ ਰਾਟੀ ਖਾ ਲਈ ਅਤੇ ਚਾਹ ਪੀ ਲਈਏ, ਘੁੱਟ ਘੁੱਟ ਚਾਹ ਕਰਾਈ ਜਾਂਦੇ। ਮੈਂ ਉਹਨੇ ਗੱਡੀ ਕਿਉਂਕਿ ਇਸ ਹਾਈਵੇ 'ਚ ਮਲੋਟ ਗੰਗਾਨਗਰ ਵਾਲਾ ਹਾਈਵੇ ਆ ਗਿਆ ਇਹ, ਬਠਿੰਡਾ ਗੰਗਾਨਗਰ, ਵੈਸੇ ਤਾਂ ਚੰਡੀਗੜ੍ਹ ਗੰਗਾਨਗਰ ਆ ਇਹ,
ਤੇ ਇਹਦੇ ਚ ਕੱਟ ਬਹੁਤ ਘੱਟ ਆ ਤੇ ਇੰਨੀ ਦੂਰ ਜਾ ਕੇ ਕੱਟ ਆਇਆ ਤੇ ਗੱਡੀ ਬਹੁਤ ਦੂਰ ਖੜੀ ਸੀ ਤੇ ਮੈਂ ਫਿਰ ਗੱਡੀ ਮੈਂ ਕਿਹਾ ਚੱਲ ਮੈਂ ਨੇੜੇ ਲਿਆਉਣਾ ਤੁਸੀਂ ਚਾਹ ਕਰਵਾਓ ਤੇ ਬਸ ਚਾਹ ਪੀ ਕੇ ਘੁੜਘੁੜ ਤੇ ਚੱਲੀਏ ਘਰਾਂ ਨੂੰ ਕਿਉਂਕਿ ਸਵੇਰੇ 4:30 ਦਾ ਉੱਠਿਆ ਮੈਂ ਸਾਰੇ ਵੈਸੇ 4:30 ਦੇ ਉੱਠੇ ਵੇ ਆ ਕਿਉਂਕਿ ਫਿਰ ਆਉਣਾ ਸੀਗਾ ਬੋਟਾਂ ਵਾਲਿਆਂ ਨਾਲੋਂ ਤਾਂ ਆਪਾਂ ਆ ਗਏ ਸੀਗੇ ਘਰੇ ਅਤੇ ਜੋ ਧੋਰੀ ਰੈਡੀ ਬੈਠੀਆਂ ਸੀਗੀਆਂ ਤਕਦੀਰ ਤਾਂ ਸੁੱਤੀ ਸੀ ਹੁਣ ਉੱਠ ਖੜੀ ਅਤੇ ਅੱਜ ਜਾਣਾ ਸੀ ਜੋਤ ਨੇ ਆਪਣੇ ਨੇਲ ਐਕਸਟੈਂਸ਼ਨ ਕਰਵਾਉਣ ਅਤੇ ਬਠਿੰਡੇ ਮੈਨੂੰ ਵੀ ਇੱਕ ਦੋ ਕੰਮ ਸੀਗੇ ਅਤੇ ਮੈਂ ਕਿਹਾ ਚੱਲ ਕਰ ਹੀ ਆਉਣੇ ਆ ਜਾਂਦੇ ਹਾਂ ਕਿਉਂਕਿ 2 ਸੀ ਅਜੇ ਮੈਂ 2 ਤਾਂ ਕਿੰਨੇ ਕੁ ਹੁੰਦੇ ਹੈ ਨਾ ਵੀ 5-6 ਘੰਟੇ 7-8 ਵਜੇ ਤੱਕ ਮੁੜਿਆਵਾਂਗੇ ਅਤੇ ਹੁਣ ਚੱਲਦੇ ਹਾਂ ਹੈਂ 3 ਮਹੀਨਿਆਂ ਬਾਅਦ ਕਰਾਉਣੇ ਆ ਕਿੰਨੇ ਐਕਸਪੈਂਸ ਮੇਰੇ ਆਪਣੇ ਤੋਂ ਗਰੋ ਕਰ ਗਏ ਸੀ ਸਿੰਪਲ ਬਲੈਕ ਕਲਰ ਕਰਾਇਆ ਪਿੱਛੇ ਤੁਸੀਂ ਦੇਖਿਆ ਵੀ ਕਿੱਦਾਂ ਨੇਲਸ ਹੋਏ ਆ ਮੇਰੇ ਡਨ ਠੀਕ ਆ ਅਤੇ ਬਾਕੀ ਬਸ ਮੈਨੂੰ ਇੱਦਾਂ ਹੁੰਦਾ ਵੀ ਮੈਂ ਸਿੰਪਲ ਜਿਹਾ ਵੇਚਦੀ ਮੈਂ ਇੱਕ ਵਾਰੀ ਕਿਹਾ ਵੀ ਸੀਗਾ ਵੀ ਮਾੜੇ ਆ ਦੂਸਰਾ ਅਤੇ ਗਲਿੱਟਰ ਲਾ ਕੇ ਦੇਖੋ ਬਟ ਗਲਿੱਟਰ ਵਾਲਾ ਮੈਨੂੰ ਜ਼ਿਆਦਾ ਇੰਨਾ ਖਾਸ ਨਹੀਂ ਲੱਗਾ ਅਤੇ ਮੈਂ ਸਿੰਪਲ ਬਲੈਕ ਹੀ ਰਖਾਏ ਆ ਵੈਸੇ ਇਹਦੇ ਵਿੱਚ ਡਲ ਜਿਹੇ ਆ ਰਹੇ ਆ ਵੈਸੇ ਉੱਦਾਂ ਜੈੱਡ ਬਲੈਕ ਕਲਰ ਆ ਪਤਾ ਨਹੀਂ ਕਿਉਂ ਕੈਮਰੇ ਦੇ ਵਿੱਚ ਇੰਨੇ ਡਲ ਜਿਹੇ ਆ ਰਹੇ ਵੈਸੇ ਬਹੁਤ ਸੋਹਣਾ ਬਲੈਕ ਕਲਰ ਆ ਅਤੇ ਹੱਥ ਵੀ ਸਾਫ਼ ਸਾਫ਼ ਲੱਗਣ ਲੱਗ ਪਿਆ 3 ਮਹੀਨਿਆਂ ਬਾਅਦ ਕਰਾਏ ਮੈਂ ਇੱਕ ਬਰਥਡੇ 'ਤੇ ਕਰਾਏ ਸੀਗੇ ਫਿਰ ਉਦੋਂ ਬਾਅਦ ਟਾਈਮ ਵੀ ਨਹੀਂ ਲੱਗਾ ਕੁਛ ਐਂ ਸੀਗਾ ਵੀ ਮਿਸਤਰੀ ਮੁਸਤਰੀ ਲੱਗਣਗੇ ਤਾਂ ਫਿਰ ਨੇਲਸ ਕੈਰੀ ਕਰਨੇ ਔਖੇ ਹੋ ਜਾਣਗੇ ਉੱਦਾਂ ਮੈਨੂੰ ਸੁਭਾਅ ਪਿਆ ਹੋਇਆ ਆ ਹਾਂ ਕੁਛ ਹੈ ਵੀ ਨਹੀਂ ਸੀਗਾ ਬਰਥਡੇ ਸੀਗਾ ਬਰਥਡੇ 'ਤੇ ਕਰਾ ਲਏ ਸੀਗੇ ਠੀਕ ਆ ਉਦੋਂ ਬਾਅਦ ਕੁਛ ਆਇਆ ਨਹੀਂ ਅਤੇ ਮੈਂ ਕਰਾਏ ਨਹੀਂ ਨੇਲਸ ਅਤੇ ਵੈਸੇ ਵੀ ਮਿਸਤਰੀ ਲੱਗੇ ਸੀਗੇ ਘਰੇ ਫਿਰ ਔਖਾ ਹੋ ਜਾਂਦਾ ਵੈਸੇ ਮੈਂ ਕੈਰੀ ਕਰ ਲੈਂਦੀ ਹਾਂ ਰੋਟੀ ਪਾਣੀ ਸਾਰਾ ਕਰ ਲੈਂਦੀ ਹਾਂ ਬਟ ਜਿਹੜਾ ਮੈਂ ਵੈਸੇ ਨਹੀਂ ਕਰਾਏ ਸੀਗੇ ਅਤੇ ਹੁਣ ਆਪਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੇ ਜਾਣਾ ਆ ਸੋ ਮੈਂ ਕਿਹਾ ਹੱਥ ਸੁੰਨੇ ਸੁੰਨੇ ਜਿਹੇ ਲੱਗਦੇ ਥੋੜ੍ਹੇ ਜਿਹੇ ਕਰਾ ਲਈਏ ਲਾਲਚ ਕੁਛ ਕਰਦੇ ਸੀ ਵੀ ਕੰਮ ਨਿਬੜ ਜਾਣਗੇ ਪਰ ਇਕੱਲੇ ਨਹੁੰਆਂ ਤੋਂ ਬਿਨਾਂ
ਹੋਰ ਕੋਈ ਕੰਮ ਨਹੀਂ ਹੋਇਆ। ਚਲੋ ਕੋਈ ਗੱਲ ਨਹੀਂ, ਕੋਈ ਕੋਈ ਦਿਨ ਹੀ ਇਹੋ ਜਿਹਾ ਹੁੰਦਾ ਜਦੋਂ। ਹਾਂ ਵੈਸੇ ਐਂ ਸੀਗਾ ਮੈਨੂੰ ਐਂ ਸੀਗਾ ਚਲੋ ਯਾਰ ਵੀ ਅੱਜ ਜਾ ਆਉਣੇ ਹਾਂ ਨਾ ਅੱਜ ਬਠਿੰਡੇ, ਅਤੇ ਮਹਾਂ ਵੀ ਕੱਲ੍ਹ ਨੂੰ ਘਰ ਰੈਸਟ ਕਰਾਂਗੇ। ਚਲੋ ਕੋਈ ਗੱਲ ਨਹੀਂ ਫਿਰ ਕਿਸੇ ਦਿਨ ਸਹੀ ਦੋ ਦਿਨ ਦਿਨਾਂ, ਕਿਉਂਕਿ ਇੱਦਾਂ ਆ ਵੀ ਕੰਮ ਤਾਂ ਹੁਣ ਤੁਹਾਨੂੰ ਪਤਾ ਵੀ ਪੈਂਦੇ ਹੀ ਰਹਿਣੇ, ਵਿਆਹ ਆ ਗਿਆ ਨੇੜੇ, ਠੀਕ ਆ ਵਿਆਹ ਆ ਗਿਆ ਨੇੜੇ, ਸੋ ਖਿੱਚਦਾ ਹੀ ਕੰਮ ਰਹਿਣਾ, ਬਸ ਦਿਨ ਪੰਜ ਹੀ ਆ ਆਪਣੇ ਕੋਲ ਮੰਨ ਲਓ, ਉਦੋਂ ਬਾਅਦ ਤਾਂ ਗੱਡੀ ਚੱਕ ਕੇ ਕਦੀ ਇੱਦਾਂ ਗੱਲ ਆ ਹਾਇਆ। ਅਤੇ ਮੈਨੂੰ ਹਜੇ ਵੋਟਾਂ ਤੱਕ ਤਾਂ ਇਹ ਵੀ ਟੈਨਸ਼ਨ ਰਹੂਗੀ, ਕਿਉਂਕਿ ਵੋਟਾਂ ਤੱਕ ਜ਼ਿਆਦਾ ਪ੍ਰੈਸ਼ਰ ਰਹੂਗਾ, ਕਿਉਂਕਿ ਉਹਨਾਂ ਦਾ ਵੀ ਜਾਣਾ ਆਉਣਾ ਪਿਆ ਕਰਨਾ, ਅਤੇ ਇੱਧਰ ਵਿਆਹ ਦੇ ਵੀ ਕੰਮ ਸ਼ੁਰੂ ਹੋ ਜਾਣੇ ਆ, ਸੋ ਚਲੋ ਕੋਈ ਗੱਲ ਨਹੀਂ ਕਰਾਂਗੇ ਐਡਜਸਟ। ਅਤੇ ਅੱਜ ਯਾਰ ਹਵਾ ਪਤਾ ਨਹੀਂ ਜ਼ਿਆਦਾ ਭਰਤੀ ਟਾਇਰਾਂ 'ਚ, ਜ਼ਿਆਦਾ ਦਿਖਾਈ ਜਾਂਦੀ ਹੈ। ਵੇਖ ਲਓ ਗਾਂ ਪਛਾਂ ਕਰ ਲਾ ਕਿੰਨੇ ਕੁ ਪਾਵੇਗਾ ਹੋਰ ਇਹ 'ਚ, ਜੇ ਮੂਧਾ ਵੱਜ ਜੇ ਹੋਰ ਕੋਈ ਸੇਫਟੀ ਨਹੀਂ ਤਾਂ ਧਿਆਨ ਦਿੰਦੇ ਹੀ ਨਹੀਂ, ਜਮਾਂ ਬਸ ਰੱਬ ਦਾ ਨਾਮ ਹੀ ਆ। ਅੱਜ ਜੋਤ ਹੈਗੀ ਬਿਮਾਰ ਅਤੇ ਆਪਣੀ ਲੱਗ ਗਈ ਡਿਊਟੀ, ਡਿਊਟੀ ਤਾਂ ਕਾਹਦੀ, ਅਸਲ 'ਚ ਉਹ ਕਹਿ ਰਹੀ ਸੀਗੀ ਮੈਂ ਬਣਾ ਦਿੰਦੀ ਹਾਂ ਬਣਾ ਦਿੰਦੀ ਹਾਂ ਬਣਾ ਦਿੰਦੀ ਹਾਂ, ਫਿਰ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਤੂੰ ਕਰ ਅੱਜ ਰੈਸਟ ਅਤੇ ਮੈਂ ਬਣਾਉਣਾ ਸਬਜ਼ੀ। ਸਬਜ਼ੀ ਫਿਰ ਤੁਹਾਨੂੰ ਪਤਾ ਹੀ ਆ ਜਦੋਂ ਮੈਂ ਬਣਾਉਣ ਲੱਗ ਜਾਂ ਫਿਰ ਆਪਾਂ ਸਿਰਾ ਹੀ ਕਰਾਉਂਦੇ ਹੁੰਦੇ ਹਾਂ। ਬਾਹਰ ਨਾ ਮੇਰੀ ਡਿਊਟੀ ਹੁੰਦੀ ਸੀ ਨਵੇਂ ਨਵੇਂ ਗਏ ਜੀ, ਵੀ ਮੈਨੂੰ ਮੈਂ ਭਿੰਡੀਆਂ ਤਾਂ ਸਿੱਖ ਕੇ ਗਿਆ ਸੀ, ਮੈਂ ਇੱਕ ਮੈਨੂੰ ਆਂਡਿਆਂ ਦੀ ਭੁਰਜੀ ਆਉਂਦੀ ਸੀ, ਪਰ ਮੈਨੂੰ ਸਬਜ਼ੀ ਦੇ ਨੇੜੇ ਨਹੀਂ ਲੱਗਣ ਦੇ ਸੀਗੇ, ਕਹਿੰਦੇ ਸੀ ਵੀ ਤੂੰ ਰੋਟੀਆਂ ਲਾ ਰੋਟੀਆਂ ਲਾਉਣੀਆਂ ਸਿੱਖ, ਰੋਟੀ ਲਾਉਣੀ ਸਿੱਖ ਗਿਆ ਮੈਂ, ਰੋਟੀਆਂ ਲਾਉਣੀਆਂ ਸਾਰਿਆਂ ਦੀਆਂ, ਮੇਰੀ ਆਹ ਡਿਊਟੀ ਹੁੰਦੀ ਸੀ ਦੋ ਟਾਈਮ। ਅਤੇ ਫਿਰ ਮੈਂ ਸਬਜ਼ੀ ਵੀ ਮਤਲਬ ਸਬਜ਼ੀਆਂ ਨੂੰ ਤੜਕੇ ਲਾਉਣੀ ਵੀ ਸਿੱਖ ਲਏ ਸਾਰਿਆਂ ਨੂੰ, ਫਿਰ ਸਬਜ਼ੀ ਬਣਾਈ ਦੀ ਸੀ, ਫਿਰ ਆ ਜਦੋਂ ਬਣਾਈ ਦੀ ਸੀ ਫਿਰ ਤਾਂ ਚਲੋ ਨਾਲ ਮੁੰਡੇ ਹੋਰ ਰਹਿਣ ਲੱਗ ਗਏ ਸੀ, ਉਹ ਬਣਾਉਣ ਹੀ ਨਹੀਂ ਦਿੰਦੇ ਸੀਗੇ ਅਤੇ ਕੰਮ ਕਰਦੇ ਰਹਿਣ ਲੱਗ ਪਏ, ਫਿਰ ਟਾਈਮ ਨਹੀਂ ਲੱਗਦਾ ਸੀਗਾ। ਅਤੇ ਪਰ ਸਬਜ਼ੀ ਫਿਰ ਜਦੋਂ ਬਣਾਈ ਦੀ ਸੀ ਫਿਰ ਸਿਰਾ ਹੀ ਬਣਾਈ ਦੀ ਸੀ, ਹੁਣ ਵੀ ਮੈਂ ਜਦੋਂ ਕਦੇ ਕਦੇ ਸਬਜ਼ੀ ਬਣਾਉਣਾ ਤਾਂ ਚਿਰੜ ਭੁੰਡੀਆਂ ਕੱਢਦਾ, ਚਿਰੜ ਭੁੰਡੀਆਂ ਅੱਜ ਦੇਖੇ ਹੋਰ ਚਿਰੜ ਭੁੰਡੀਆਂ ਕੱਢਦਾ ਮੈਂ ਸਬਜ਼ੀ ਦੀਆਂ, ਆਹ ਨਵੀਂ ਕੜਾਹੀ ਵੇਖ ਤੁਹਾਨੂੰ ਚੰਡੀਗੜ੍ਹ ਜਦੋਂ ਰਹਿਣ ਲੱਗੀ ਉਦੋਂ ਪਤਾ ਨਹੀਂ ਕਿਹਨੇ ਗਿਫਟ ਦਿੱਤੀ ਸੀ ਯਾਰ, ਅਤੇ ਪਰ ਦਿੱਤੀ ਸੀ ਕਿਸੇ ਨੇ ਇਹ ਗਿਫਟ, ਗਿਫਟ ਹੀ ਆਈ ਸੀ ਇਹ, ਅਤੇ ਇਹ ਹੁਣ ਕੱਢ ਕੇ ਜੋਤ ਨੇ ਲਾਈ ਆ ਗੈਸ 'ਤੇ, ਇਹ 'ਚ ਸਬਜ਼ੀ ਸੁਬਜ਼ੀ ਬਹੁਤ ਵਧੀਆ ਬਣਦੀ ਹੈ, ਥੱਲੇ ਹੀ ਨਹੀਂ ਲੱਗਦਾ ਕੁਛ, ਕਿਉਂਕਿ ਉਹ ਕੀ ਹੁੰਦੀ ਆ ਆਪਣਾ ਕੀ ਗੱਲ ਆ, ਕਿਹੜੀ ਗੱਲ ਦੀ ਆਕੜ ਹੈ, ਹੈਂ ਕਿਹੜੀ ਗੱਲ ਦੀ ਆਕੜ ਹੈ, ਇੰਨੀਆਂ ਜਿਦਾਂ ਨਹੀਂ ਪੁੱਗਦੀਆਂ ਹੁੰਦੀਆਂ ਪੁੱਤ, ਸਮਾਨ ਖਿਲਾ ਰਹੀ ਆ, ਬੋਤਲ ਮਾਰੀ ਚੱਕ ਕੇ ਟੇਬਲ ਮਾਰਿਆ, ਖੜ ਜਾ ਫਿਰ ਤੂੰ ਹਟੀ ਨਾ, ਚੱਲ ਚੱਲ ਵਜਾ ਪੂਰੇ ਕਰ ਲਿਆ, ਮੈਂ ਕਰਾਂ ਮੇਰੇ ਘਰ।
ਇੱਕ ਦੋ ਗੱਲਾਂ ਕਰਨੀਆਂ ਸੀਗੀਆਂ ਤੁਹਾਡੇ ਨਾਲ। ਅਤੇ ਚਲੋ ਜੀ, ਆਪਾਂ ਪਹਿਲੀ ਗੱਲ ਤਾਂ ਮਿਲਦੇ ਹਾਂ ਨਵੇਂ ਵਲੋਗ ਦੇ ਨਾਲ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਓ ਵਲੋਗ ਕਿੱਦਾਂ ਲੱਗਿਆ। ਅਤੇ ਆਹ ਮੈਨੂੰ ਨਾ 3 ਦਿਨ ਹੋ ਗਏ ਭਾਪੇ ਨੇ ਕਹੇ ਨੂੰ ਵੀ ਪੈਪ ਮਿੱਤਰਾ ਸਾਂਭ ਦੇ ਇਹ, ਅਤੇ ਪੁਰਾਣਾ ਟੋਟਾ ਚੜ੍ਹਾ ਦੇ, ਕਿਉਂਕਿ ਨਵੀਂ ਪੈਪ ਹੈ ਟੁੱਟ ਜੂਗੀ, ਲੰਬੀ ਜ਼ਿਆਦਾ ਆ, ਠੰਡ ਦੇ ਨਾਲ ਆਕੜ ਕੇ ਟੁੱਟ ਜੂਗੀ। ਪਰ ਮੈਂ ਹਜੇ ਮੇਰਾ ਟਾਈਮ ਹੀ ਨਹੀਂ ਲੱਗਿਆ। ਅਤੇ ਦੂਜੇ ਨੰਬਰ 'ਤੇ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਸੀਗਾ ਵੀ ਆਪਣਾ ਬਈ ਪਰਸੋਂ ਗਾਣਾ ਆ ਰਿਹਾ। ਪਰਸੋਂ ਮਤਲਬ ਜਦੋਂ ਤੁਸੀਂ ਵਲੋਗ ਦੇਖੋ ਉਦੋਂ ਅਗਲੇ ਦਿਨ ਗਾਣਾ ਆ ਰਿਹਾ ਦੁਪਹਿਰਾ, ਫਿਰ ਆਪਣੇ ਬਾਈ ਪ੍ਰਭ ਧਾਲੀਵਾਲ ਦਾ, ਆਪਣੇ ਛੋਟੇ ਬ੍ਰਦਰ ਦਾ। ਅਤੇ ਕੀਪ ਸਪੋਰਟ, ਦੱਬ ਕੇ ਸ਼ੇਅਰ ਕਰਨਾ, ਦੱਬ ਕੇ ਸਪੋਰਟ ਕਰਨੀ। ਅਤੇ ਐਤਕੀ ਗਾਣਾ ਹੈਗਾ ਵਧੀਆ, ਮਤਲਬ ਵੀ ਪਿਛਲੀ ਵਾਰ ਗਾਣਾ ਸੀਗਾ ਸੈਡ ਸਟਾਰਟਿੰਗ ਸੀਗੀ, ਅਤੇ ਐਤਕੀ ਗਾਣਾ ਹੈਗਾ ਆ ਪੂਰਾ, ਮਤਲਬ ਆਪਾਂ ਕਹਿੰਦੇ ਤੜਕੇ ਫੜਕੇ ਜੇ ਵਾਲਾ, ਠੀਕ ਹੈ, ਜਿਹੜੇ ਅੱਜ ਕੱਲ੍ਹ ਚੱਲਦੇ ਆ। ਅਤੇ ਵਧੀਆ ਆ, ਵਧੀਆ ਲਿਖਤ ਹੈ, ਚੁਣਵੇਂ ਚੁਣਵੇਂ ਅੱਖਰ ਹੈ, ਮੂਸੇ ਵਾਲਾ ਟੱਚ ਗਾਣਾ ਆ, ਠੀਕ ਹੈ। ਅਤੇ ਸੁਣ ਕੇ ਜ਼ਰੂਰ ਦੱਸਿਓ ਆਪਣਾ, ਅਤੇ ਜ਼ਰੂਰ ਬਾਈ ਨੂੰ ਸਪੋਰਟ ਕਰੋ ਵੱਧ ਤੋਂ ਵੱਧ, ਕਿਉਂਕਿ ਚੰਗੀ ਕਲਮ ਹੈ। ਅਤੇ ਚੰਗੀ ਕਲਮ ਨੂੰ ਜੇ ਫਿਰ ਆਪਾਂ ਸਪੋਰਟ ਕਰਾਂਗੇ ਤਾਂ ਫਿਰ ਆਪਾਂ ਹੀ ਮਤਲਬ ਵਧੀਆ, ਮਤਲਬ ਬੰਦਾ ਜਿਹੜਾ ਆ ਗਰੋ ਕਰੂਗਾ, ਹੈ ਨਾ, ਅਤੇ ਉਹ ਚੀਜ਼ ਲਈ। ਅਤੇ ਇਸ ਕਰਕੇ ਇਹ ਮੇਰੀ ਬੇਨਤੀ ਹੈ ਸਾਰਿਆਂ ਅੱਗੇ, ਅਤੇ ਸਾਰੇ ਜਾਣੇ ਪਲੀਜ਼ ਸਪੋਰਟ ਕਰਿਓ। ਅਤੇ ਬਾਕੀ ਆਪਾਂ ਮਿਲਦੇ ਹਾਂ ਨਵੇਂ ਵਲੋਗ ਦੇ ਨਾਲ। ਅਤੇ ਅੱਜ ਐਕਸਰਸਾਈਜ਼ ਲਈ ਜਾਇਆ ਨਹੀਂ ਗਿਆ, ਅਤੇ ਹੁਣ ਸਵੇਰ, ਹੁਣ ਮੈਂ ਮਤਲਬ 4:30 ਵਜੇ ਦਾ ਉੱਠਿਆ ਹੋਇਆ, ਅਤੇ ਹੁਣ ਇੱਦਾਂ ਜੀ ਕਰ ਰਿਹਾ ਵੀ ਯਾਰ ਡਿੱਗ ਪਾ, ਅਤੇ ਸਵੇਰੇ ਵੀ ਪਤਾ ਨਹੀਂ ਜਾ ਹੋਊਗਾ ਕਿ ਨਹੀਂ ਹੋਊਗਾ, ਪੱਕਾ ਨਹੀਂ ਕਹਿ ਸਕਦਾ, ਪਰ ਉੱਠੂੰਗਾ। ਜੇ ਬਾਹਲਾ ਹੀ ਜ਼ਿਆਦਾ ਹੋਇਆ ਵੀ ਨਹੀਂ ਜਾ ਹੁੰਦਾ ਤਾਂ ਫਿਰ ਨਹੀਂ ਸ਼ਾਇਦ ਜਾਂਦਾ, ਕਿਉਂਕਿ ਅੱਜ 3 ਮੱਛਾ ਸਰਪੰਚੀ ਵਾਲੀਆਂ ਗੱਲਾਂ ਤਾਂ ਰਹਿ ਗਈ ਨਹੀਂ। ਉਹ ਮੈਂ ਤੁਹਾਨੂੰ ਦੱਸਦਿਆਂ ਵੀ 3.5 ਘੰਟੇ ਮੈਂ ਲਾਈਨ 'ਚ ਖੜ੍ਹਾ ਰਿਹਾ, ਕਿਉਂਕਿ ਕੋਈ ਵਾਰੀ ਨਹੀਂ ਸੀ ਉਦੋਂ, ਕੋਈ ਹਜੇ ਦਫ਼ਤਰ ਨਹੀਂ ਖੁੱਲ੍ਹਿਆ ਸੀ। ਉਹ ਸਿਰਫ ਇਸ ਕਰਕੇ ਸੀ ਵੀ ਇੱਕ ਜਗ੍ਹਾ ਰੋਕੀ ਹੋਈ ਸੀ ਵੀ ਹਾਂ ਵੀ ਇੰਨੇ ਨੰਬਰ 'ਤੇ ਆਪਣੀ ਵਾਰੀ ਆਊਗੀ ਜਦੋਂ ਦਫ਼ਤਰ ਖੁੱਲੂਗਾ। ਮਸਾਂ ਜਾ ਕੇ ਕਿਤੇ ਮੇਰਾ ਜਿਹੜਾ ਆ ਮਤਲਬ ਖਿਹੜਾ ਛੁੱਟਿਆ, ਜਿਹਨੂੰ ਕਹਿ ਸਕਦੇ ਹਾਂ ਆਪਾਂ, ਵੀ ਜਦੋਂ ਮਤਲਬ ਵਾਰੀ ਆਈ ਸਾਡੀ, ਅਤੇ ਉੱਧਰੋਂ ਆਪਣੇ ਸੱਚ ਪ੍ਰਗਟ ਨੂੰ ਤੁਸੀਂ ਜਾਣਦੇ ਹੋ, ਪ੍ਰਗਟ ਦਾ ਬ੍ਰਦਰ ਵੀ ਆਪਣੀ ਦੂਜੀ ਪੰਚਾਇਤ ਜਿਹੜੀ ਪਿੰਡ ਦੀ ਹੈਗੀ ਆ ਉਹਨਾਂ ਵਾਲੀ, ਉਹਨਾਂ 'ਚ ਪ੍ਰਗਟ ਦਾ ਬ੍ਰਦਰ ਖੜ੍ਹਾ ਸ਼ੋਕੀ ਬਾਈ, ਅਤੇ ਬੰਦੇ ਚੰਗੇ ਆ ਦੋਨੇ ਹੀ। ਸਾਡੀ ਪੰਚਾਇਤ 'ਚ ਵੀ ਇੱਦਾਂ ਮਤਲਬ ਵੀ ਚਲੋ ਚੰਗਾ ਬੰਦਾ ਕੋਈ ਬਣ ਜਾਵੇ, ਹੈ ਨਾ, ਅਤੇ ਉੱਧਰ ਸ਼ੋਕੀ ਵੀ ਚੰਗਾ ਬੰਦਾ, ਹੈ ਨਾ। ਚਲੋ ਜੋ ਵੀ ਬਣੇ ਯਾਰ, ਆਪਾਂ ਤਾਂ ਇਹ ਆਣੇ ਵੀ ਪਿੰਡ ਦੇ ਕੰਮ ਕਰੇ, ਹੈ ਨਾ, ਠੀਕ ਹੈ। ਅਤੇ ਪਰ ਸਪੋਰਟ ਆਪਾਂ ਜਿਹਨੂੰ ਜਿਹਨੂੰ ਕਰਨੀ ਹੈ, ਚਲੋ ਉਹ ਆਪਾਂ ਨੂੰ ਪਤਾ ਹੀ, ਹੈ ਨਾ। ਅਤੇ ਬਈ ਉੱਥੇ ਹੋਈ ਮੇਰੇ ਨਾਲ ਭੈੜੀ ਬਹੁਤ, ਅਤੇ ਮੁੜ ਕੇ ਮੇਰੇ ਤੋਂ ਬੈਠਾ ਨਾ ਜਾਵੇ, ਗੋਡੇ ਮੇਰੇ ਹਜੇ ਵੀ ਦੁਖੀ ਜਾਂਦੇ ਆ, ਕਿਉਂਕਿ ਇੰਨੇ ਲੰਮਾ ਟਾਈਮ ਖੜ੍ਹਨਾ ਬਹੁਤ ਔਖਾ। ਅਤੇ ਮੁਲਕ ਤੁਸੀਂ ਵੇਖ ਹੀ ਲਿਆ ਸਵੇਰੇ ਵੀ ਕਿੰਨਾ ਜ਼ਿਆਦਾ ਸੀਗਾ। ਅਤੇ ਚਲੋ ਜੀ, ਬਾਕੀ ਮਿਲਦੇ ਹਾਂ ਆਪਾਂ ਨਵੇਂ ਵਲੋਗ ਦੇ ਨਾਲ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਗਾਣੇ ਨੂੰ ਜ਼ਰੂਰ ਸਪੋਰਟ ਕਰਨੀ ਆ ਦੱਬ ਕੇ। ਅਤੇ ਬਾਏ ਬਾਏ ਜੀ, ਗੁੱਡ ਨਾਈਟ।